ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਪ੍ਰੀਤ ਸਿੰਘ, ਲੈ ਕੇ ਹਾਜ਼ਰ ਹਾਂ ਮੁੱਦੇ ਕੀ ਬਾਤ। ਬੀਤੀ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਦੀ ਜਾਂਚ CBI ਨੂੰ ਦਿੱਤੀ ਗਈ ਸੀ ਅਤੇ ਬੇਅਦਬੀ ਮਾਮਲਿਆਂ ਤੋਂ ਬਾਅਦ ਬਹਿਬਲ ਕਲਾਂ ਦੇ ਵਿੱਚ ਵਾਪਰੇ ਗੋਲੀਕਾਂਡ ਦੀ ਜਾਂਚ ਦੇ ਲਈ ਜ਼ੋਰਾ ਸਿੰਘ ਕਮਿਸ਼ਨ ਬਣਾਇਆ ਗਿਆ ਸੀ। ਜ਼ੋਰਾ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਕੈਪਟਨ ਸਰਕਾਰ ਨੂੰ ਦਿੱਤੀ ਸੀ, ਜਿਸ ਨੂੰ ਕੈਪਟਨ ਸਰਕਾਰ ਨੇ ਮੁੱਢੋਂ ਰੱਦ ਕਰ ਦਿੱਤਾ ਅਤੇ ਇਸ ਤੋਂ ਬਾਅਦ ਕੈਪਟਨ ਸਰਕਾਰ ਵੱਲੋਂ ਨਵੇਂ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਬੇਅਦਬੀ ਮਾਮਲਿਆਂ ਦੀ ਜਾਂਚ ਕਰੇਗਾ ਅਤੇ 6 ਮਹੀਨੇ 'ਚ ਆਪਣੀ ਰਿਪੋਰਟ ਸੌਂਪੇਗਾ। ਨਵੇਂ ਕਮਿਸ਼ਨ ਦੇ ਗਠਨ ਤੋਂ ਬਾਅਦ ਕਈ ਸਵਾਲ ਚੁੱਕੇ ਜਾ ਰਹੇ ਨੇ ਵਿਰੋਧੀਆਂ ਦੇ ਵੱਲੋਂ ਦੀ। ਸਵਾਲ ਵੀ ਨੇ ਕਿ ਬੇਅਦਬੀ ਦੇ ਮਾਮਲਿਆਂ 'ਚ ਨਵਾਂ ਜਾਂਚ ਕਮਿਸ਼ਨ ਦੇ ਮਾਇਨੇ ਕੀ ਨੇ, ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਨਵਾਂ ਕਮਿਸ਼ਨ ਆਖਰ ਕਿਉਂ ਜ਼ਰੂਰੀ ਹੋਇਆ ਅਤੇ ਕੀ ਨਵੇਂ ਕਮਿਸ਼ਨ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਦੇਰ ਹੋਵੇਗੀ, ਇਹਨਾਂ ਸਵਾਲਾਂ 'ਤੇ ਕਰਾਂਗੇ ਅੱਜ ਦੀ ਚਰਚਾ। ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਖਾਰਜ ਕਰਕੇ ਪੰਜਾਬ ਦੀ ਕੈਪਟਨ ਸਰਕਾਰ ਨੇ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕਰ ਦਿੱਤਾ ਹੈ। ਸਰਕਾਰ ਦੇ ਵੱਲੋਂ ਦੀ ਕਿਹਾ ਜਾ ਰਿਹਾ ਕਿ ਪਿਛਲੀ ਸਰਕਾਰ ਦੇ ਦੌਰਾਨ ਬਣੀ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਅਧੂਰੀ ਸੀ। ਸਰਕਾਰ ਹੁਣ ਬੇਅਦਬੀ ਦੇ ਮਾਮਲਿਆਂ ਦੀ ਸਹੀ ਜਾਂਚ ਕਰਵਾ ਰਹੀ ਹੈ ਅਤੇ ਦੋਸ਼ੀ ਚਾਹੇ ਕੋਈ ਵੀ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਏਗਾ। ਟਰਮਸ ਆਫ ਰੈਫਰੈਂਸ ਹੈ ਜੋ ਮੈਨੂੰ ਕਿਹਾ ਗਿਆ ਪਤਾ ਲਗਾਉਣ ਵਾਸਤੇ, ਮੈਂ ਉਹਦੇ ਮੁਤਾਬਕ ਕੰਮ ਕਰਾਂਗਾ ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਜਿੰਨੇ ਵੀ ਸਕ੍ਰੀਲੀਜਸ ਦੇ ਇੰਸੀਡੈਂਟਸ ਨੇ ਉਹਨਾਂ ਦੀ ਤਹਿ ਤੱਕ ਜਾਇਆ ਜਾਏ ਅਤੇ ਸੱਚਾਈ ਨੂੰ ਸਾਹਮਣੇ ਲਿਆਇਆ ਜਾ ਸਕੇ। ਮੇਰੀ ਇੰਟੈਂਸ਼ਨ ਇਹੀ ਹੈ ਕਿ ਮੈਂ ਉਸ ਜਗ੍ਹਾ 'ਤੇ ਜਾ ਕੇ ਦੇਖਾਂ ਜਿੱਥੇ ਜੇ ਇੰਸੀਡੈਂਟਸ ਹੋਏ ਨੇ ਔਰ ਉੱਥੇ ਹੀ ਜੇ ਕੋਸ਼ਿਸ਼ ਕਰਾਂਗਾ ਕਿ ਮੈਂ ਜਿਹੜੇ ਕੋਈ ਲੋਕ ਨੇ ਜੋ ਇਸ ਬਾਰੇ ਦੱਸ ਸਕਦੇ ਨੇ ਉਹਨਾਂ ਦਾ ਬਿਆਨ ਉੱਥੇ ਹੀ ਰਿਕਾਰਡ ਕਰਾਂ। ਰਣਜੀਤ ਸਿੰਘ ਬੜੇ ਬੜੇ ਮਸ਼ਹੂਰ ਅਤੇ ਬੜੇ ਸਿਆਣੇ ਹਾਈਕੋਰਟ ਦੇ ਰਿਟਾਇਰਡ ਜੱਜ ਹੈ ਔਰ ਕਿਉਂਕਿ 120 ਐਸੇ ਵਾਕਿਆਤ ਪੰਜਾਬ 'ਚ ਹੋ ਚੁੱਕੇ ਹੈ ਜਿਹਦੇ 'ਚ ਕਿ ਜਿਹੜੀਆਂ ਧਾਰਮਿਕ ਪੁਸਤਕਾਂ ਹੈ ਭਾਵੇਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ, ਕੁਰਾਨ ਸ਼ਰੀਫ ਸੀ, ਗੀਤਾ ਦਾ ਵੀ, ਹਰ ਹਰ ਜਗ੍ਹਾ। ਸੋ ਇਹ ਸਾਰੇ ਇੱਕ ਕੌਣ ਅਨਾਸਰ ਹੈ, ਇਹ ਇਹ ਸਾਡੇ ਅੰਦਰੂਨੀ ਬੈਰੂਨੀ ਦੇਸ਼ ਦੇ ਦੁਸ਼ਮਣ ਹੈ ਜਾਂ ਦੇਸ਼ ਦੇ ਮਤਲਬ ਇਸ ਪੰਜਾਬ ਦੇ ਵਿੱਚ ਜਿਹੜਾ ਅਮਨ ਹੈ ਇਹਨੂੰ ਅਮਨ ਨੂੰ ਕਾਇਮ ਨਹੀਂ ਰੱਖਣਾ ਚਾਹੁੰਦੇ। ਸੋ ਇੱਕ ਹਾਈਕੋਰਟ ਦੇ ਜੱਜ ਦੇ ਥੱਲੇ ਇੱਕ ਕਮਿਸ਼ਨ ਬਣਾ ਦਿੱਤਾ ਗਿਆ ਔਰ ਉਹਨਾਂ ਨੂੰ ਕਿਹਾ 3 ਮਹੀਨਿਆਂ ਦੇ ਵਿੱਚ ਤੁਸੀਂ ਆਪਣਾ ਇਸ ਕੁਝ ਨਤੀਜੇ ਤੇ ਪਹੁੰਚੋ। ਬੇਅਦਬੀ ਦੇ ਮਾਮਲਿਆਂ ਦੀ ਜਾਂਚ ਨਵੇਂ ਸਿਰੇ ਤੋਂ ਕਰਵਾਉਣ ਨੂੰ ਲੈ ਕੇ ਸਰਕਾਰ ਦੇ ਨਵੇਂ ਕਮਿਸ਼ਨ ਦਾ ਗਠਨ ਕਰ ਦਿੱਤਾ ਹੈ। ਉਧਰ ਵਿਰੋਧੀ ਸਵਾਲ ਕਰ ਰਹੇ ਨੇ ਕਿ ਹੁਣ ਤੱਕ ਤਾਂ ਦੋਸ਼ੀ ਪਕੜ ਵਿੱਚ ਹੋਣੇ ਚਾਹੀਦੇ ਸਨ। ਜੋ ਇਨਵੈਸਟੀਗੇਸ਼ਨ ਕਰਕੇ ਐਕਸ਼ਨ ਪੁਲਿਸ ਨੇ ਲੈਣਾ ਉਹ ਕੋਈ ਕਮਿਸ਼ਨਰ ਦਾ ਸਬਸਟੀਚਿਊਟ ਨਹੀਂ ਹੈ, ਉਹ ਇਹਨਾਂ ਨੂੰ ਜਲਦੀ ਤੋਂ ਜਲਦੀ ਉਹ ਐਕਸ਼ਨ ਲੈਣਾ ਚਾਹੀਦਾ, ਜੋ ਦੋਸ਼ੀ ਆ ਉਹਨਾਂ ਨੂੰ ਫੜਨਾ ਚਾਹੀਦਾ, ਪੁਲਿਸ ਨੂੰ ਫੜਨਾ ਚਾਹੀਦਾ। ਅਤੇ ਹੁਣ ਇਹ ਕਮਿਸ਼ਨ ਦਾ ਵੀ ਟਾਈਮ ਬਾਉਂਡ ਹੋਣਾ ਚਾਹੀਦਾ, ਇਹ ਨਾ ਹੋਵੇ ਕਿ ਉਹ ਜ਼ੋਰਾ ਸਿੰਘ ਕਮਿਸ਼ਨਰ ਦਾ ਹੀ ਹਾਲ ਇੱਥੇ ਹੋਵੇ। 1 ਮਹੀਨੇ ਤੋਂ ਉੱਤੇ ਸਰਕਾਰ ਨੂੰ ਸਮਾਂ ਹੋ ਗਿਆ, ਇਹ ਤਾਂ ਕਹਿੰਦੇ ਸੀ ਅਸੀਂ ਦਿਨਾਂ ਦੇ ਵਿੱਚ ਫੜ ਕੇ ਦੋਸ਼ੀ ਜਿਹੜੇ ਹੈ ਕਟਹਿਰੇ 'ਚ ਖੜੇ ਕਰਾਂਗੇ, ਤਾਂ ਹੁਣ ਕਹਿੰਦੇ ਕਿ ਕਮਿਸ਼ਨ ਬਣੂਗਾ ਜੀ, ਕਮਿਸ਼ਨ 6 ਮਹੀਨਿਆਂ ਬਾਅਦ ਰਿਪੋਰਟ ਦਊਗਾ ਜੀ, ਇਹਦਾ ਮਤਲਬ ਇਹ ਗੱਲ ਘੀਂਗੇ ਪਾਉਣਾ ਚਾਹੁੰਦੇ ਨੇ। ਜਿਹੜਾ ਇਹਨਾਂ ਨੇ ਕੋਈ ਜੱਜ ਸਾਹਿਬ ਨਿਯੁਕਤ ਕੀਤੇ ਆ, ਚਾਹੀਦਾ ਸੀ 6 ਮਹੀਨੇ ਤੋਂ ਵੀ ਜੇ ਜਲਦੀ ਵੀ ਹੋ ਜਾਂਦਾ ਤਾਂ ਚੰਗੀ ਗੱਲ ਸੀਗੀ, ਪਰ ਚਲੋ ਜੇ ਨਵਾਂ ਜੱਜ ਸਾਹਿਬ ਲਾਏ ਆ ਔਰ ਆਸ ਕਰਦੇ ਹਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ। ਰਣਜੀਤ ਸਿੰਘ ਕਮਿਸ਼ਨ ਪੰਜਾਬ ਵਿੱਚ ਹੋਏ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਜਾਂਚ ਕਰੇਗਾ ਅਤੇ 6 ਮਹੀਨੇ 'ਚ ਆਪਣੀ ਰਿਪੋਰਟ ਸੌਂਪੇਗਾ। ਚੰਡੀਗੜ੍ਹ ਤੋਂ ਪੁਨੀਤ ਪਰਿੰਜਾ, ਅੰਮ੍ਰਿਤਸਰ ਤੋਂ ਰਾਜਨ ਗੋਸਾਈ ਦੇ ਨਾਲ ਗੋਬਿੰਦ ਸੈਣੀ, ਜ਼ੀ ਮੀਡੀਆ, ਬਠਿੰਡਾ। ਸੋ ਨਵਾਂ ਕਮਿਸ਼ਨ ਬਣਾ ਦਿੱਤਾ ਗਿਆ ਪਰ ਕਈ ਸਾਰੇ ਸਵਾਲ ਨੇ, ਸਾਡੇ ਵੀ ਜੋ ਸਵਾਲ ਨੇ ਉਹਨਾਂ ਨਾਲ ਤੁਹਾਨੂੰ ਜਾਣੂ ਕਰਾਉਂਦੇ ਹਾਂ। ਸਾਡਾ ਇਹਦਾ ਪਹਿਲਾ ਸਵਾਲ ਹੈ ਕਿ ਪੰਜਾਬ ਸਰਕਾਰ ਵੱਲੋਂ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਜਾਂਚ ਲਈ ਨਵਾਂ ਕਮਿਸ਼ਨ ਬਣਾਉਣ ਦੇ ਕੀ ਮਾਇਨੇ ਨੇ। ਸਵਾਲ ਨੰਬਰ 2, ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਨੂੰ ਖਾਰਜ ਕਰਕੇ ਜਸਟਿਸ ਰਣਜੀਤ ਸਿੰਘ ਦੀ ਪ੍ਰਧਾਨਗੀ 'ਚ ਕਮਿਸ਼ਨ ਕਿਉਂ? ਅਤੇ ਤੀਸਰਾ ਸਵਾਲ ਜੋ ਇਸ ਮੁੱਦੇ ਨਾਲ ਜੁੜਿਆ ਹੋਇਆ ਕਿ ਬੇਅਦਬੀ ਦੇ ਮਾਮਲਿਆਂ 'ਚ ਨਵੇਂ ਕਮਿਸ਼ਨ ਦੇ ਗਠਨ ਤੋਂ ਬਾਅਦ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੀ ਜਾਂਚ 'ਚ ਦੇਰ ਹੋਵੇਗੀ? ਅਤੇ ਦਰਸ਼ਕਾਂ ਤੋਂ ਜੋ ਸਾਡਾ ਇਹਦਾ ਸਵਾਲ ਹੈ ਉਹ ਇਹ ਕਿ ਬੇਅਦਬੀ ਦੇ ਮਾਮਲਿਆਂ 'ਤੇ ਨਵੇਂ ਜਾਂਚ ਕਮਿਸ਼ਨ ਦਾ ਗਠਨ ਪੰਜਾਬ ਸਰਕਾਰ ਦਾ ਵਾਜਬ ਫੈਸਲਾ? ਤੁਸੀਂ ਕੀ ਸੋਚਦੇ ਹੋ? SMS ਜ਼ਰੀਏ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਹਾਂ ਦੇ ਲਈ ਟਾਈਪ ਕਰੋ ZPHHY, ਨਾਂ ਦੇ ਲਈ ZPHSP ਦੇ ਕਹਿਣਾ 'ਤੇ ਆਪਣੇ ਜਵਾਬ ਭੇਜ ਦਿਓ 57575 'ਤੇ। ਅਤੇ ਤੁਸੀਂ ਆਪਣੀ ਰਾਏ ਫੋਨ ਕਾਲ ਜ਼ਰੀਏ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਜਦ ਅਸੀਂ ਦੂਜੇ ਸੈਗਮੈਂਟ ਵਿੱਚ ਵਾਪਸ ਆਵਾਂਗੇ ਤੁਹਾਡੀ ਰਾਏ ਲਵਾਂਗੇ 1800-1800-3535 'ਤੇ ਤੁਸੀਂ ਸਾਨੂੰ ਫੋਨ ਕਾਲ ਕਰ ਸਕਦੇ ਹੋ।
ਤੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਖਾਸ ਮਹਿਮਾਨ ਜੁੜੇ ਨੇ। ਸਿੱਧਾ ਉਹਨਾਂ ਦਾ ਰੁੱਖ ਕਰਦੇ ਹਾਂ, ਸਾਡੇ ਨਾਲ ਕਾਂਗਰਸ ਦੇ ਵੱਲੋਂ ਦੀ ਡਾਕਟਰ ਰਾਜਕੁਮਾਰ ਵੇਰਕਾ ਜੁੜੇ ਨੇ, ਅਕਾਲੀ ਦਲ ਵੱਲੋਂ APS ਮਾਨ, BJP ਵੱਲੋਂ ਹਰਜੀਤ ਸਿੰਘ ਗਰੇਵਾਲ, ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਬੀਰ ਸਿੰਘ, ਆਪਣਾ ਪੰਜਾਬ ਪਾਰਟੀ ਵੱਲੋਂ ਜੋਗਾ ਸਿੰਘ ਚੱਪੜ ਤੇ ਸੀਨੀਅਰ ਪੱਤਰਕਾਰ AS ਪਰਾਸ਼ਰ, ਤੁਹਾਡੇ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ। ਵੇਰਕਾ ਸਾਹਿਬ, ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਡੇ ਕੋਲ ਹੈ ਕਿ ਆਖਿਰ ਨਵੇਂ ਜਾਂਚ ਕਮਿਸ਼ਨ ਦੀ ਜ਼ਰੂਰਤ ਕਿਉਂ ਪਈ ਅਤੇ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨਸ਼ਰ ਕਿਉਂ ਨਹੀਂ ਕੀਤੀ ਗਈ? ਦੇਖੋ, ਜ਼ੋਰਾ ਸਿੰਘ ਕਮਿਸ਼ਨ ਜਿਹੜਾ ਗਠਿਤ ਹੋਇਆ, ਬੜਾ ਲੰਬਾ ਸਮਾਂ ਜ਼ੋਰਾ ਸਿੰਘ ਕਮਿਸ਼ਨ ਨੇ ਕੰਮ ਕੀਤਾ ਜੀ, ਔਰ ਕਿਤੇ ਇਹ ਮਹਿਸੂਸ ਕੀਤਾ ਗਿਆ ਕਿ ਜਿਹੜੀ ਪਿਛਲੀ ਸਰਕਾਰ ਅਕਾਲੀ BJP ਦੀ ਸਰਕਾਰ ਹੈ, ਉਹਨਾਂ ਨੇ ਜ਼ੋਰਾ ਸਿੰਘ ਕਮਿਸ਼ਨ ਨੂੰ ਪੂਰੀਆਂ ਫਾਈਲਾਂ ਨਹੀਂ ਦਿੱਤੀਆਂ, ਪੂਰੇ ਤੱਥ ਨਹੀਂ ਦਿੱਤੇ, ਪੂਰੇ ਕੋਆਪਰੇਸ਼ਨ ਨਹੀਂ ਦਿੱਤੀ। ਇਸੇ ਗੱਲ ਦਾ ਕਾਰਨ ਹੈ ਕਿ ਜਿਹੜੇ ਦੋਸ਼ੀ ਹੈ ਹੁਣ ਤੱਕ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਬੰਦ ਹੋਣਾ ਚਾਹੀਦਾ ਸੀ, ਔਰ ਹੁਣ ਤੱਕ ਕੋਈ ਵੀ ਚੀਜ਼ ਸਾਹਮਣੇ ਨਹੀਂ ਆਈ। ਉਸੇ ਗੱਲ ਦਾ ਕਾਰਨ ਸੀਗਾ ਕਿ ਕਾਂਗਰਸ ਪਾਰਟੀ ਨੇ ਮੈਨੀਫੈਸਟੋ ਦੇ ਅੰਦਰ ਇਹ ਕਮਿਟਮੈਂਟ ਕੀਤੀ ਸੀ ਕਿ ਅਸੀਂ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਾਂਗੇ। ਕਿ ਭਾਈ, ਇੱਕ ਬੇਅਦਬੀ ਹੁੰਦੀ ਹੈ, ਬੇਅਦਬੀ ਦੇ ਬਾਅਦ ਦੋਸ਼ੀਆਂ ਨੂੰ ਤਾਂ ਨਹੀਂ ਫੜਿਆ ਗਿਆ, ਉਲਟਾ ਜਿਹੜੇ ਪ੍ਰੋਟੈਸਟ ਕਰ ਰਹੇ ਨੌਜਵਾਨ ਸੀ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ, ਦੋ ਨੌਜਵਾਨਾਂ ਨੂੰ। ਔਰ ਇਹ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਹਿਰਦੇ ਜ਼ਖਮੀ ਸੀਗੇ, ਔਰ ਅਸੀਂ ਇਹ ਕਮਿਟਮੈਂਟ ਕੀਤੀ ਹੈ ਇਸ ਗੱਲ ਦੀ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ। ਹੁਣ ਇਸੇ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ, ਔਰ ਇਹਦੇ ਵਾਸਤੇ ਇਹ ਪੰਜਾਬ ਦੇ ਲੋਕਾਂ ਦੇ ਮੰਗ ਨੂੰ ਲੈ ਕੇ, ਉਹਨਾਂ ਦੇ ਮੁਸ਼ਕਲਾਂ ਨੂੰ ਲੈ ਕੇ, ਔਰ ਕਿਤੇ ਨਾ ਕਿਤੇ ਦਿਲ ਦੀ ਗਹਿਰਾਈਆਂ ਨੂੰ ਦੇ ਵਿੱਚ ਸੋਚ ਵਿਚਾਰ ਕਰਕੇ ਇਹ ਕਮਿਸ਼ਨ ਦਾ ਗਠਨ ਕੀਤਾ ਗਿਆ। ਠੀਕ ਹੈ ਵੀਰਕਾ ਸਾਹਿਬ, ਸੋ ਤੁਸੀਂ ਕਹਿ ਰਹੇ ਹੋ ਕਿ ਕਮਿਸ਼ਨ ਦਾ ਗਠਨ ਕੀਤਾ ਗਿਆ ਕਿਉਂਕਿ ਪਿਛਲੀ ਸਰਕਾਰ ਵੇਲੇ ਜਿਹਾ ਕੋਈ ਨਹੀਂ। ਸਾਡੇ ਨਾਲ BJP ਦੇ ਹਰਜੀਤ ਸਿੰਘ ਗਰੇਵਾਲ ਜੁੜੇ ਨੇ। ਗਰੇਵਾਲ ਸਾਹਿਬ, ਤੁਸੀਂ ਵੀਰਕਾ ਸਾਹਿਬ ਦੀ ਗੱਲ ਦਾ ਜਵਾਬ ਦੇਣਾ, ਪਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਪਿਛਲਾ ਕਮਿਸ਼ਨ ਸੀਗਾ ਸਰਕਾਰ ਨੇ ਉਸਨੂੰ ਸਹਿਯੋਗ ਹੀ ਨਹੀਂ ਕੀਤਾ, ਜੋ ਉਸਨੂੰ ਦਸਤਾਵੇਜ਼ ਮੁਹੱਈਆ ਹੋਣੇ ਚਾਹੀਦੇ ਸਨ ਉਹ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ ਗਏ, ਅਤੇ ਜਾਂਚ ਕਿਵੇਂ ਪੂਰੀ ਹੋਵੇਗੀ? ਇਸ ਤਰ੍ਹਾਂ ਵੇਰਕਾ ਸਾਹਿਬ ਔਰ ਕਾਂਗਰਸ ਜੋ ਆਰੋਪ ਲਗਾ ਰਹੇ ਆ ਸਾਡੀ ਸਰਕਾਰ ਦੇ ਉੱਪਰ, ਅਕਾਲੀ ਭਾਜਪਾ ਜੋ ਸਰਕਾਰ ਸੀ, ਮੈਂ ਇਹ ਸਮਝਦਾ ਕਿ ਸਾਡੇ ਖਿਲਾਫ਼ ਇੱਕ ਵੀ ਸਬੂਤ ਸਾਹਮਣੇ ਲੈ ਕੇ ਆਉਣ। ਹੁਣ ਤਾਂ ਇਹਨਾਂ ਦੀ ਸਰਕਾਰ ਆ, ਖਾਲੀ ਜ਼ੁਬਾਨ ਨਾਲ ਗੱਲ ਨਾ ਕਰਨ, ਡਾਕੂਮੈਂਟਰੀ ਪਰੂਫ ਲੈ ਕੇ ਆਉਣ ਕਿ ਅਸੀਂ ਕੀ ਗਲਤੀਆਂ ਕੀਤੀਆਂ ਨੇ। ਅਸੀਂ ਐਸੀ ਕੋਈ ਕੁਤਾਹੀ ਨਹੀਂ ਕੀਤੀ, ਕੋਈ ਗਲਤੀ ਨਹੀਂ ਕੀਤੀ ਸਾਡੀ ਸਰਕਾਰ ਨੇ, ਔਰ ਇਹ ਇਹਨਾਂ ਨੇ ਜੋ ਵਾਅਦੇ ਕੀਤੇ ਉਹਦਾ ਰੋਡ ਮੈਪ ਇਹਨਾਂ ਕੋਲ ਹੈ ਹੀ ਨਹੀਂ, ਇਸ ਕਰਕੇ ਉਹਦੇ 'ਚ ਸਕਸੈਸ ਨਹੀਂ ਹੋ ਰਹੇ। ਫਿਰ ਇਹ ਸਾਡੀ ਸਰਕਾਰ 'ਤੇ ਹੀ ਦੂਸ਼ਣਬਾਜ਼ੀ ਕਰੀ ਜਾਂਦੇ ਆ, ਬਈ ਅਸੀਂ ਸਾਨੂੰ ਲੋਕਾਂ ਨੇ ਸੱਤਾ ਤੋਂ ਅਲੱਗ ਕਰਤਾ, ਸਾਡੀ ਕੋਈ ਗਲਤੀ ਰਹੀ ਹੋਣੀ ਹੈ, ਇਸ ਕਰਕੇ ਸਾਨੂੰ ਅਲੱਗ ਕੀਤਾ, ਉਸ ਦੇ ਬਾਰੇ ਦੂਸ਼ਣਬਾਜ਼ੀ ਕਰਨ ਦਾ ਕੰਮ ਨਹੀਂ। ਹੁਣ ਤਾਂ ਇਹ ਪਰਫੋਰਮ ਕਰਕੇ ਦਿਖਾਉਣ, ਹੁਣ ਤਾਂ ਇਹ ਲੋਕਾਂ ਨੂੰ ਉਹਨਾਂ ਦੇ ਹਿੱਤ 'ਚ ਜਿਹੜੇ ਵਾਅਦੇ ਕੀਤੇ ਨੇ ਉਹ ਲਾਗੂ ਕਰਕੇ ਦਿਖਾਉਣ। ਸਾਡੇ ਯੋਗੀ ਆਦਿੱਤਿਆਨਾਥ ਜੀ ਨੇ ਜੋ ਵਾਅਦਾ ਕੀਤਾ ਸੀ ਪਹਿਲੀ ਕੈਬਨਿਟ ਮੀਟਿੰਗ 'ਚ, 36,000 ਕਰੋੜ ਦਾ ਲੋਨ ਵੇਵ ਕਰਤਾ, ਇਹ ਅੱਜ ਤੱਕ ਕਦੇ ਕੋਈ ਕਮੇਟੀ ਬਣਾ ਰਹੇ ਆ, ਕਦੇ ਕੁਛ ਕਰ ਰਹੇ ਆ, ਕਦੇ ਰਿਪੋਰਟ ਲੈ ਰਹੇ ਆ, ਇਹ ਗੱਲਾਂ ਨਹੀਂ ਹੁੰਦੀਆਂ, ਰੋਡ ਮੈਪ ਦੱਸਣ। ਠੀਕ ਹੈ, ਰੋਡ ਮੈਪ ਦੀ ਗੱਲ ਤੁਸੀਂ ਕਰ ਰਹੇ ਹੋ, ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ APS ਮਾਨ ਜੁੜੇ ਨੇ। ਮਾਨ ਸਾਹਿਬ, ਤੁਹਾਨੂੰ ਕੀ ਲੱਗਦਾ ਕਿ ਨਵਾਂ ਕਮਿਸ਼ਨ ਦਾ ਜੋ ਗਠਨ ਹੋਇਆ, ਨਵਾਂ ਕਮਿਸ਼ਨ ਕੰਮ ਕਰ ਸਕੇਗਾ ਸਹੀ ਤਰੀਕੇ ਨਾਲ, ਦੋਸ਼ੀਆਂ ਨੂੰ ਬੇਨਕਾਬ ਕਰ ਸਕੇਗਾ, ਅਤੇ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਖਾਰਜ ਕੀਤੀ ਗਈ ਹੈ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ, ਅਤੇ ਜੋ ਬੇਅਦਬੀ ਮਾਮਲੇ ਹੋਏ ਸੀਗੇ CBI ਨੂੰ ਜਾਂਚ ਸੌਂਪੀ ਗਈ ਸੀ ਤੁਹਾਡੀ ਸਰਕਾਰ ਵੱਲੋਂ, ਪਰ ਹਾਲੇ ਤੱਕ CBI ਵੱਲੋਂ ਵੀ ਕੋਈ, ਮੈਨੂੰ ਲੱਗਦਾ ਕੋਈ ਸਕਾਰਾਤਮਕ ਜਵਾਬ ਹਾਲੇ ਤੱਕ ਮਿਲਿਆ ਨਹੀਂ ਇਸ ਮਾਮਲੇ ਨੂੰ ਲੈ ਕੇ, ਉਹਨਾਂ ਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਬੜਾ ਇੱਕ ਖਾਸ ਜਿਹੜਾ ਇਹ ਸਵਾਲ ਹੈ ਜੀ, ਮੈਂ ਸਮਝਦਾ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿੱਦਾਂ ਵੇਰਕਾ ਸਾਹਿਬ ਨੇ ਕਿਹਾ ਕਿ ਇਹਨਾਂ ਨੂੰ ਬਸ ਕਰਨਾ ਚਾਹੀਦਾ, ਹੁਣ ਬਹੁਤ ਪ੍ਰੋਪੇਗੰਡਾ ਕਰ ਲਿਆ, ਬਹੁਤ ਇਸ ਮਸਲੇ ਦੇ ਉੱਤੇ ਜਿਹੜੀ ਰਾਜਨੀਤੀ ਇਹ ਲੋਕ ਕਰ ਚੁੱਕੇ ਨੇ। ਜਿਹੜੀ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਸੀ, ਮੈਂ ਸਮਝਦਾ ਕਿ ਉਹਦੀਆਂ ਜਿਹੜੀਆਂ ਫਾਈਂਡਿੰਗ ਸੀ ਉਹਨਾਂ ਨੂੰ ਅੱਗੇ ਫਰਦਰ ਲੈ ਕੇ ਜਾਇਆ ਜਾ ਸਕਦਾ ਸੀ, ਉਹਦੀਆਂ ਫਰਦਰ ਇਨਵੈਸਟੀਗੇਸ਼ਨਸ ਕੀਤੀਆਂ ਜਾ ਸਕਦੀਆਂ ਸੀ। ਪਰ ਠੀਕ ਹੈ, ਇਹ ਕਾਂਗਰਸ ਸਰਕਾਰ ਦੀ ਮਰਜ਼ੀ ਹੈ ਕਿ ਜੇ ਇਹ ਨਵਾਂ ਕਮਿਸ਼ਨ ਬਣਾਇਆ ਇਹਨਾਂ ਨੇ, ਅਸੀਂ ਤਾਂ ਵਿਰੋਧ ਨਹੀਂ ਕਰਦੇ ਬਲਕਿ ਸਵਾਗਤ ਕਰਦੇ ਹਾਂ, ਕਿਉਂਕਿ ਅਸੀਂ ਖੁਦ ਚਾਹੁੰਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਉਹ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਪਰ ਇਹ ਕਹਿਣਾ ਕਿ ਅਕਾਲੀ ਦਲ ਦੀ ਨੀਤ ਗਲਤ ਸੀ ਜਾਂ ਅਕਾਲੀ ਦਲ ਨੇ ਕੋਈ ਸਹਿਯੋਗ ਨਹੀਂ ਕੀਤਾ, ਇਹ ਸਰਾਸਰ ਗਲਤ ਹੈ। ਤੁਸੀਂ ਹੁਣੇ ਸੁਣ ਕੇ ਹਟੇ ਹੋ ਕਿ ਕਾਂਗਰਸ ਦੇ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੋ ਧਾਰਮਿਕ ਪੁਸਤਕਾਂ ਦੱਸਦੇ ਨੇ, ਸਾਡੇ ਤੇ ਉਹਨਾਂ 'ਚ ਸਿਰਫ ਇਹ ਫਰਕ ਹੈ ਕਿ ਸਾਡੇ ਲਈ ਇਹ ਹਾਜ਼ਰ ਨਾਜ਼ਰ ਗੁਰੂ ਨੇ, ਅਤੇ ਪੰਜਾਬ ਦੇ ਵਿੱਚ ਜਿੰਨੇ ਵੀ ਕੇਸ ਹੋਏ ਨੇ ਬੇਅਦਬੀਆਂ ਦੇ ਉਹਨਾਂ ਵਿੱਚੋਂ ਮੋਸਟਲੀ ਨੇ ਜਿਹੜੇ ਉਹ ਸੋਲਵ ਹੋ ਗਏ ਨੇ, ਬੰਦੇ ਫੜੇ ਗਏ ਨੇ, ਐਕਸੈਪਟ ਬਰਗਾੜੀ ਬਿਕੋਜ਼ ਦੈਟ ਵਾਜ਼ ਗਿਵਨ ਟੂ CBI ਔਨ ਦੀ ਡਿਮਾਂਡ ਆਫ ਆਰ ਪ੍ਰਚਾਰਕਸ।
ਜਿੰਨੇ ਵੀ ਸਾਡੇ ਪ੍ਰਚਾਰਕਾਂ ਨੇ ਜਦੋਂ ਕਿਹਾ ਸੀ ਕਿ ਇਹ ਜਾਂਚ ਸੀਬੀਆਈ ਤੱਕ ਲੈ ਕੇ ਜਾਣੀ ਚਾਹੀਦੀ ਹੈ, ਸੋ ਲੋਕਾਂ ਦੇ ਸਾਰੇ ਗੁੱਸੇ ਦੇ ਅੱਗੇ ਝੁਕਦੇ ਹੋਏ, ਲੋਕਾਂ ਦੀ ਗੱਲ ਨੂੰ ਮੰਨਦੇ ਹੋਏ, ਲੋਕਤੰਤਰ ਨੂੰ ਮੰਨਦੇ ਹੋਏ ਇਹ ਸੀਬੀਆਈ ਸਵਾਲ ਇਹ ਵੀ ਹੈ, ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਕੋਈ ਢਿਲਮਾਠ ਨਹੀਂ ਛੱਡੀ। ਸਰ ਮੇਰਾ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਤੋਂ, ਬਿਲਕੁਲ ਛੋਟਾ ਜਿਹਾ ਸਵਾਲ ਹੈ, ਛੋਟਾ ਜਿਹਾ ਜਵਾਬ ਚਾਹਾਂਗਾ। ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ, ਪਿਛਲੀ ਸਰਕਾਰ ਨੇ ਢਿਲਮਾਠ ਨਹੀਂ ਛੱਡੀ, ਪਰ ਜ਼ੋਰਾ ਸਿੰਘ ਕਮਿਸ਼ਨ ਜਦੋਂ ਗਠਿਤ ਕੀਤਾ ਗਿਆ ਸੀਗਾ ਉਹਨੇ ਕੰਮ ਕਰਦੇ ਕਰਦੇ ਨਹੀਂ ਬਹੁਤ ਜ਼ਿਆਦਾ ਟਾਈਮ ਲਗਾ ਦਿੱਤਾ, ਕਿੰਨੀ ਦੇਰ ਤੱਕ ਤਾਂ ਉਹਨਾਂ ਨੂੰ ਦਫ਼ਤਰ ਨਹੀਂ ਮਿਲਿਆ, ਗੱਡੀ ਨਹੀਂ ਮਿਲੀ, ਸਾਥੀ ਨਹੀਂ ਮਿਲੇ, ਇਹ ਵੀ ਸਵਾਲ ਸਾਹਮਣੇ ਚੁੱਕੇ ਜਾਂਦੇ ਰਹੇ ਸਰ? ਨਹੀਂ ਨਹੀਂ ਨਹੀਂ, ਦੇਖੋ ਜ਼ੋਰਾ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਜਨਤਕ ਨਹੀਂ ਹੋਈ ਹੈਗੀ, ਪਹਿਲੀ ਗੱਲ ਤਾਂ ਇਹ ਆ, ਸੋ ਉਹਦੇ ਵਿੱਚ ਕੀ ਲਿਖਿਆ ਕਿੱਦਾਂ ਦੀਆਂ ਗੱਲਾਂ ਉਹਦੇ 'ਤੇ ਕੋਈ ਕਮੈਂਟ ਨਹੀਂ ਹੋ ਸਕਦਾ, ਪਰ ਜਿਹੜੀ ਇੱਕ ਵੱਡੀ ਗੱਲ ਹੈ ਕਿ ਜੇ ਕਾਂਗਰਸ ਸਰਕਾਰ, ਕਿਉਂਕਿ ਜ਼ੋਰਾ ਸਿੰਘ ਇੱਕ ਰਿਟਾਇਰਡ ਜਸਟਿਸ ਨੇ ਤੇ ਜਿਹੜੇ ਹੁਣ ਜਸਟਿਸ ਨਿਯੁਕਤ ਕੀਤੇ ਨੇ ਉਹ ਵੀ ਰਿਟਾਇਰਡ ਨੇ, ਵਧੀਆ ਇਹ ਹੁੰਦਾ ਜੇ ਕਿਸੇ ਸਿਟਿੰਗ ਹਾਈਕੋਰਟ ਜੱਜ ਨੂੰ ਰੱਖਿਆ ਜਾਂਦਾ, ਪਰ ਕੋਈ ਗੱਲ ਨਹੀਂ। ਪਰ ਅਸੀਂ ਇੱਕ ਬੇਨਤੀ ਕਰਦੇ ਹਾਂ ਕਿ ਇੱਦਾਂ ਦੀ ਗੱਲ ਨਾ ਹੋਵੇ ਕਿ ਜਿਹੜੇ ਇਹ ਨਵਾਂ ਕਮਿਸ਼ਨ ਬਣਾਇਆ ਗਿਆ ਇਹ ਕਿਸੇ ਰਿਸ਼ਤੇਦਾਰੀਆਂ ਦੀ ਭੇਟ ਚੜ ਜਾਏ, ਕੋਈ ਇੱਦਾਂ ਦੀ ਗੱਲ ਨਾ ਹੋਵੇ। ਅਸੀਂ ਖੁਦ ਚਾਹੁੰਦੇ ਹਾਂ ਕਿ ਜਿਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦਾ ਜ਼ੋਰ ਲਾਇਆ ਉਹ ਤਾਂ ਸਲਾਹਕਾਰ ਵਿੱਚ ਹੋਣੇ ਚਾਹੀਦੇ ਨੇ, ਪਰ ਇਹ ਪ੍ਰੋਪੇਗੰਡਾ ਕਾਂਗਰਸ ਨੂੰ ਤੇ ਬਾਕੀ ਪਾਰਟੀਆਂ ਨੂੰ ਬੰਦ ਕਰ ਦੇਣਾ ਚਾਹੀਦਾ ਕਿ ਕੋਈ ਨਹੀਂ ਫੜਿਆ ਗਿਆ, ਸਿਰਫ ਇੱਕ ਬਰਗਾੜੀ ਕੇਸ ਹੈ ਉਹ ਵੀ ਕਿਉਂਕਿ ਸੀਬੀਆਈ ਨੂੰ ਦਿੱਤਾ ਗਿਆ। ਠੀਕ ਹੈ ਸਰ, ਠੀਕ ਹੈ, ਸੋ ਤੁਸੀਂ ਆਪਣੀ ਗੱਲ ਰੱਖੀ, ਤੁਸੀਂ ਕਹਿ ਰਹੇ ਹੋ ਕਿ ਪ੍ਰੋਪੇਗੰਡਾ ਕੀਤਾ ਜਾ ਰਿਹਾ ਬਾਕੀ ਪਾਰਟੀਆਂ ਦੇ ਕਾਂਗਰਸ ਵੱਲੋਂ ਤੁਹਾਡੀ ਪਾਰਟੀ ਦੇ ਖਿਲਾਫ। ਸਾਡੇ ਨਾਲ ਆਪਣਾ ਪੰਜਾਬ ਪਾਰਟੀ ਤੋਂ ਜੋਗਾ ਸਿੰਘ ਚਾਪੜ ਜੁੜੇ ਨੇ। ਜੋਗਾ ਸਿੰਘ ਜੀ, ਸਰ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਇਸ ਪੂਰੇ ਮੁੱਦੇ ਨੂੰ, ਕਿ ਤੁਹਾਨੂੰ ਲੱਗਦਾ ਕਿ ਸਿਰਫ ਕਮਿਸ਼ਨ ਹੀ ਗਠਿਤ ਹੁੰਦੇ ਰਹਿਣਗੇ, ਕੋਈ ਹੋਰ ਸਰਕਾਰ ਆਏਗੀ ਹੋਰ ਕਮਿਸ਼ਨ ਗਠਿਤ ਕਰ ਦੇਗੀ ਤੇ ਜੋ ਦੋਸ਼ੀ ਨੇ ਉਹ ਕਦੀ ਸਾਹਮਣੇ ਨਹੀਂ ਆ ਸਕਣਗੇ? ਗੁਰਪ੍ਰੀਤ ਜੀ, ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਸਮੁੱਚੇ ਸਿੱਖ ਪੰਥ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਨਮੁਖ ਕਹਿ ਕੇ ਕਿ ਇਹ ਤੁਹਾਡਾ ਗੁਰੂ ਹੈ ਜੀ, ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ਜੀ। ਲੇਕਿਨ ਅੱਜ ਬੜੇ ਅਫਸੋਸ ਦੀ ਗੱਲ ਹੈ ਕਿ 1978 ਦੇ ਵਿੱਚ ਵੀ ਜਦੋਂ ਸਿੱਖਾਂ ਦੇ ਗੋਲੀਆਂ ਚੱਲਦੀਆਂ ਉਦੋਂ ਵੀ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ, ਜਦੋਂ ਅੱਜ ਵੀ ਬਹਿਬਲ ਕਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਹੁੰਦੀ ਆ ਉਦੋਂ ਵੀ ਸੂਬੇ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੈ। ਔਰ ਕੇਵਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਨਹੀਂ ਹੋਈ, ਇੱਕ ਜਾਂ ਦੋ ਮਹੀਨਾ ਪਹਿਲਾਂ ਪਿੰਡ ਦੇ ਵਿੱਚ ਪੋਸਟਰ ਲਾਏ ਗਏ ਕਿ ਤੁਹਾਡੇ ਗੁਰੂ ਨੂੰ ਅਸੀਂ ਚੋਰੀ ਕਰਕੇ ਲੈ ਜਾਣਾ, ਔਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਚੋਰੀ ਕੀਤਾ ਗਿਆ ਔਰ ਕਿਹਾ ਗਿਆ ਕਿ ਤੁਹਾਡਾ ਗੁਰੂ ਸਾਡੇ ਕੋਲ ਚੋਰੀ ਕੀਤਾ ਹੋਇਆ, ਜੇ ਲੱਭਿਆ ਜਾਂਦਾ ਲੱਭ ਲਓ। ਮਾਨ ਸਾਹਿਬ ਬੈਠੇ ਹੈ, ਗੱਲਾਂ ਕਰਦੇ ਹੈ, ਮੈਂ ਇਹਨਾਂ ਦਾ ਠੀਕ ਹੈ, ਇਹਨਾਂ ਨੇ ਆਪਣੀ ਗੱਲ ਕਰਨੀ ਹੈ ਪਾਰਟੀ ਦੀ ਕਰਨ, ਲੇਕਿਨ ਉਦੋਂ ਸੂਬੇ ਦਾ ਗ੍ਰਹਿ ਮੰਤਰੀ ਕੌਣ ਹੈ? ਪਾਰਟੀ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸੂਬੇ ਦਾ ਗ੍ਰਹਿ ਮੰਤਰੀ ਹੈ। ਦੋ ਮਹੀਨੇ ਗੁਰੂ ਪਾਤਸ਼ਾਹ ਦਾ ਸਰੂਪ ਉਹਨਾਂ ਨੇ ਚੋਰੀ ਕਰਕੇ ਰੱਖਿਆ, ਫਿਰ ਉਹਦੀ ਬੇਅਦਬੀ ਹੋਈ। ਔਰ ਜਿਹੜੀ ਗੱਲ ਅੱਜ ਦੇ ਕਮਿਸ਼ਨ ਦੀ ਆਉਂਦੀ ਹੈ, ਆਹ ਅਖਬਾਰ ਨੇ ਲਿਖਿਆ ਕਿ ਉੱਥੋਂ ਦਾ ਕੋਟ ਕਪੂਰੇ ਦਾ ਜਿਹੜਾ SDM ਸੀ ਜੈਤੋਂ ਦਾ ਹਰਜੀਤ ਸਿੰਘ ਸੰਧੂ, ਉਹਨੇ ਇਹ ਆਰਡਰ ਦਿੱਤਾ ਸੀ ਕਿ ਹਵਾਈ ਫਾਇਰਿੰਗ ਕਰਨੀ ਹੈ, ਲੇਕਿਨ ਪੁਲਿਸ ਨੇ 70 ਗਜ਼ ਦੂਰ ਥਾਣੇ 'ਚੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ। ਸੋ ਇਸ ਕਰਕੇ ਬੜੀਆਂ ਤੰਦਾਂ ਤਾਂ ਜ਼ੋਰਾ ਸਿੰਘ ਕਮਿਸ਼ਨ ਨੇ ਹੀ ਖੋਲ੍ਹ ਦਿੱਤੀਆਂ ਸੀ, ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਗੁਰੂ ਨੂੰ ਚੋਰੀ ਕਰਕੇ ਪੱਤਰੇ ਵੀ ਪਾੜ ਦਿੱਤੇ ਗਏ, ਪਰੰਤੂ ਅੱਜ ਫਿਰ ਅਸੀਂ ਨਵੇਂ ਕਮਿਸ਼ਨਾਂ ਦੇ ਵਿੱਚ ਪੈ ਗਏ। ਪਹਿਲੇ ਜਿਹੜੇ ਕਮਿਸ਼ਨ ਦੇ ਵਿੱਚੋਂ ਬੜੀਆਂ ਜਿਹੀਆਂ ਘੁੰਡੀਆਂ ਸੀ ਕਿ ਕਾਂਗਰਸ ਸਰਕਾਰ ਲੱਭ ਕੇ ਦੋਸ਼ੀਆਂ ਨੂੰ ਫੜ ਕੇ ਅੰਦਰ ਕਰ ਸਕਦੀ ਸੀ। ਔਰ ਇੱਕ ਗੱਲ ਗੁਰਪ੍ਰੀਤ ਜੀ, ਪੁਲਿਸ ਨੂੰ ਜਿਹੜੇ ਵੈਪਨ ਮਿਲਦੇ ਆ ਹਰੇਕ ਪੁਲਿਸ ਵਾਲੇ ਨੂੰ ਉਹਦੇ ਨਾਂ ਦੇ ਉੱਤੇ ਅਲਾਟ ਕੀਤਾ ਜਾਂਦਾ, ਸੋ ਇਸ ਕਰਕੇ ਉਹ ਫੜੇ ਜਾ ਸਕਦੇ ਸੀ ਕਿ ਕਿਹਨੂੰ ਕਿੰਨਾ ਵੈਪਨ ਮਿਲਿਆ ਹੋਇਆ। ਜੀ ਸਰ, ਠੀਕ ਹੈ ਸਰ, ਠੀਕ ਹੈ। ਸੋ ਤੁਸੀਂ ਕਾਫੀ ਵਾਜਬ ਸਵਾਲ ਚੁੱਕੇ ਨੇ, ਸੋ ਤੁਸੀਂ ਵੀ ਇਹ ਕਹਿ ਰਹੇ ਹੋ ਕਿ ਨਵੇਂ ਕਮਿਸ਼ਨ ਦੀ ਇੰਨੀ ਜ਼ਰੂਰਤ ਨਹੀਂ ਸੀ, ਪੁਰਾਣੇ ਕਮਿਸ਼ਨ ਦੇ ਵਿੱਚ ਜੇ ਰਿਪੋਰਟ ਨਸ਼ਰ ਕੀਤੀ ਜਾਂਦੀ ਤਾਂ ਉਸ ਤੋਂ ਕੁਝ ਗੱਲਾਂ ਕੱਢ ਕੇ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਸਜ਼ਾ ਦਵਾਈ ਜਾ ਸਕਦੀ ਸੀ ਜਾਂ ਉਹ ਬੇਨਕਾਬ ਕੀਤੇ ਜਾ ਸਕਦੇ ਸਨ। ਸਾਡੇ ਨਾਲ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ ਜੁੜੇ ਨੇ। ਬਲਬੀਰ ਸਿੰਘ ਜੀ, ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਕਿ ਨਵਾਂ ਕਮਿਸ਼ਨ ਕੋਈ ਨਵੀਂ ਰਾਹ ਕੱਢੇਗਾ ਜਾਂ ਦੋਸ਼ੀਆਂ ਨੂੰ ਬੇਨਕਾਬ ਕਰੇਗਾ? ਗੁਰਪ੍ਰੀਤ ਜੀ, ਇਹ ਜਿਹੜਾ ਮਾਮਲਾ ਇਹ ਲੋਕਾਂ ਦੀ ਧਾਰਮਿਕ ਆਸਥਾ, ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਮਸਲਾ ਹੈਗਾ। ਲੋਕਾਂ ਦੇ ਹਿਰਦੇ, ਪੰਜਾਬੀਆਂ ਦੇ ਖਾਸ ਕਰਕੇ ਸਿੱਖਾਂ ਦੇ ਹਿਰਦੇ ਬਲੂੰਦੜੇ ਹੋਏ ਆ। ਲੋਕ ਪਹਿਲਾਂ ਤੁਸੀਂ ਗੱਲ ਕੀਤੀ ਕਿ ਜ਼ੋਰਾ ਸਿੰਘ ਕਮਿਸ਼ਨ ਨੂੰ ਜਗ੍ਹਾ ਨਹੀਂ ਦਿੱਤੀ ਗਈ ਕੰਮ ਕਰਨ ਲਈ, ਉਹਨਾਂ ਨੂੰ ਸਟਾਫ ਨਹੀਂ ਦਿੱਤਾ ਗਿਆ, ਅਤੇ ਜਦੋਂ ਉਹ ਰਿਪੋਰਟ ਦੇਣ ਗਏ ਸੈਕਟਰੀਏਟ ਦੇ ਵਿੱਚ ਕੋਈ ਰਿਪੋਰਟ ਲੈਣ ਲਈ ਹਾਜ਼ਰ ਨਹੀਂ ਸੀ। ਜੀ ਜੀ, ਜਿਸ ਤਰੀਕੇ ਨਾਲ ਅਕਾਲੀ ਸਰਕਾਰ ਨੂੰ, ਉਸ ਕਮਿਸ਼ਨ ਨੂੰ, ਆਪਣੇ ਲਾਏ ਹੋਏ ਕਮਿਸ਼ਨ ਨੂੰ ਜਿਸ ਤਰ੍ਹਾਂ ਟ੍ਰੀਟ ਕੀਤਾ ਗਿਆ, ਉਸ ਤੋਂ ਬਾਅਦ ਕਿਤੇ ਨਾ ਕਿਤੇ ਲੱਗਦਾ ਸੀਗਾ ਵੀ ਜਿਹੜੀ ਅਕਾਲੀ ਜਿਹੜੀ ਲੀਡਰਸ਼ਿਪ ਸੀ, ਸਰਕਾਰ ਸੀ, ਉਹ
ਖਾਸ ਬੰਦਿਆਂ ਨੂੰ ਬਚਾਉਣਾ ਚਾਹੁੰਦੀ ਸੀ, ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਸੀ, ਬਲਬੀਰ ਸਿੰਘ ਜੀ ਨੂੰ ਬੋਲਣ ਦਿਓ, ਪ੍ਰੋਟੋਕਾਲ ਮੇਨਟੇਨ ਜੀ 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 ਬਲਬੀਰ ਸਿੰਘ ਜੀ, ਗੁਰਪ੍ਰੀਤ ਜੀ ਮੈਂ ਆਪਣੀ ਗੱਲ ਖਤਮ ਕਰਨੀ ਚਾਹੁੰਦਾ ਜੀ ਸਰ, ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਹਾਸ਼ੀਏ ਤੇ ਪਹੁੰਚਾ ਕੇ ਉਹਨਾਂ ਨੂੰ ਸਜ਼ਾ ਦਿੱਤੀ, ਉਹਨਾਂ ਨੂੰ ਕਿਤੇ ਨਾ ਕਿਤੇ ਉਮੀਦ ਸੀ ਕਿ ਕਾਂਗਰਸ ਦੀ ਸਰਕਾਰ ਲੋਕਾਂ ਨੂੰ ਇਨਸਾਫ ਦੇਵੇਗੀ। ਜਿਨ੍ਹਾਂ ਦੇ ਪਰਿਵਾਰ ਦੇ ਨੌਜਵਾਨ ਬੱਚੇ ਜਿਹੜੇ ਸ਼ਹੀਦ ਸਿੰਘ ਜਿਹੜੇ ਸ਼ਹੀਦ ਹੋਏ ਆ, ਜਿਨ੍ਹਾਂ ਦੇ ਜਿਹੜੇ ਅੱਜ ਵੀ ਜ਼ਖਮੀ ਪਏ, ਜਿਹੜੇ 5-5 ਲੱਖ ਰੁਪਏ ਜਿਹਦਾ ਸਾਰੇ ਦਾ ਜ਼ਿਕਰ ਜੋਰਾ ਸਿੰਘ ਕਮਿਸ਼ਨ ਦੇ ਵਿੱਚ ਹੈ, ਉਹਨਾਂ ਨੇ ਜਿਹੜਾ ਅਫਸਰ ਜਿਹੜਾ ਇਨਵੋਲਵ ਸੀਗਾ ਉਹਦਾ ਵੀ ਨਾਂ ਲਿਖਿਆ ਉਹਨਾਂ ਨੇ ਬਾਈ ਨੇਮ ਕਿਹਾ ਜਿਹਨੇ ਆਰਡਰ ਕੀਤਾ ਸੀਗਾ। ਜੇ ਤੁਸੀਂ ਉਹਦੇ 'ਤੇ ਕੇਸ ਕਰੋਗੇ ਉਹ ਆਪੇ ਹੀ ਦੱਸੇਗਾ ਕਿ ਉਹਨੂੰ ਹੁਕਮ ਕਿਹਨੇ ਦਿੱਤੇ ਸੀ। ਇਹ ਕਿਤੇ ਨਾ ਕਿਤੇ ਕਾਂਗਰਸ ਸਰਕਾਰ ਵੀ ਉਹੀ ਕੰਮ ਕਰ ਰਹੀ ਆ, ਇਹ ਕਿਸੇ ਖਾਸ ਵਿਅਕਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ, ਅਤੇ ਇਹਨਾਂ ਨੇ ਉਹਦੀ ਜਿਹੜੀ ਰਿਪੋਰਟ ਆ ਜਸਟਿਸ ਜੋਰਾ ਸਿੰਘ ਦੀ ਉਹਨੂੰ ਠੰਡੇ ਬਸਤੇ ਵਿੱਚ ਪਾ ਕੇ ਉਹਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ। ਠੀਕ ਹੈ ਸਰ, ਸੋ ਤੁਸੀਂ ਆਪਣੀ ਗੱਲ ਰੱਖੀ, ਸਾਡੇ ਨਾਲ ਸੀਨੀਅਰ ਪੱਤਰਕਾਰ ਏ ਐਸ ਪਰਾਸ਼ਰ ਸਾਹਿਬ ਨੇ। ਪਰਾਸ਼ਰ ਸਾਹਿਬ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਇਹ ਕੋਈ ਪ੍ਰਕਿਰਿਆ ਦਾ ਹਿੱਸਾ ਆਉਂਦਾ ਕਿ ਨਵੀਂ ਸਰਕਾਰ ਆਉਂਦੀ ਹੈ, ਨਵਾਂ ਕਮਿਸ਼ਨ ਬਣਾ ਦਿੰਦੀ, ਜਾਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਹੀ ਕਿਹਾ ਜਾ ਸਕਦਾ ਹੈ ਕਿ ਜੋ ਪਹਿਲਾ ਕਮਿਸ਼ਨ ਜਿਸਨੇ ਇੱਕ ਰਿਪੋਰਟ ਦੇ ਦਿੱਤੀ ਇੱਕ ਮਾਮਲੇ ਨੂੰ ਲੈ ਕੇ, ਤੁਸੀਂ ਉਸ 'ਤੇ ਕਾਰਵਾਈ ਕਰੋ, ਤੁਸੀਂ ਬਾਕਾਇਦਾ ਨਵਾਂ ਕਮਿਸ਼ਨ ਗਠਿਤ ਕਰ ਦਿੰਦੇ ਹੋ? ਗੁਰਪ੍ਰੀਤ ਜੀ, ਗੱਲ ਇਹ ਹੈ ਕਿ ਇਹ ਜਿਹੜੀ ਇੰਸੀਡੈਂਟ ਪੁਲਿਸ ਫਾਇਰਿੰਗ ਦੀ ਹੋਈ ਸੀ ਜੀ ਜੀ, ਇਹ ਅਕਤੂਬਰ 2015 'ਚ ਹੋਈ ਗਈ, ਔਰ ਉਸ ਤੋਂ ਲੈ ਕੇ ਹੁਣ ਤੱਕ ਆਪਾਂ ਡੇਟ ਦੇਖ ਲਈ ਹੈ ਕਿ 1.5-2 ਸਾਲ ਹੋਣ 'ਚ ਆਏ ਨੇ ਜੀ। ਉਸਦੇ ਦੋਸ਼ੀ ਨੂੰ ਨਾ ਕੋਈ ਫੜਿਆ ਗਿਆ, ਨਾ ਕੋਈ ਉਸਦੇ ਖਿਲਾਫ਼ ਕੋਈ ਇੰਸੀਡੈਂਟ ਹੋਈ ਹੈ, ਨਾ ਹੀ ਉਹ ਆਇਡੈਂਟੀਫਾਈ ਹੋਇਆ। ਔਰ ਇਹ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਉਸਲੇ ਹੋਈਆਂ ਔਰ ਹੁਣ ਵੀ ਇਹ ਸਿਲਸਿਲਾ ਜਾਰੀ ਹੈ, ਇਸ ਤੋਂ ਬੜਾ ਕਲੀਅਰ ਹੈ ਕਿ ਇਹ ਕੋਈ ਡੀਪ ਰੂਟਿਡ ਕੌਨਸਪਰੇਸੀ ਹੈ ਜਿਹਦੇ ਤਹਿਤ ਇਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਔਰ ਅਟੈਂਪਟ ਇਹ ਹੈ ਕਿ ਅੰਦਰੂਨੀ ਤਾਕਤਾਂ ਹੋਣ ਜਾਂ ਬਾਹਰਲੀਆਂ ਤਾਕਤਾਂ ਹੋਣ ਜੀ ਜੀ, ਕਿ ਕਿਸੇ ਤਰ੍ਹਾਂ ਪੰਜਾਬ ਦੇ ਵਿੱਚ ਕਮਿਊਨਲ ਪੋਲਰਾਈਜੇਸ਼ਨ ਕੀਤੀ ਜਾਏ ਔਰ ਲੋਕਾਂ ਨੂੰ ਭੜਕਾਇਆ ਜਾਏ। ਔਰ ਇੱਕ ਗੱਲ ਬੜੀ ਕਲੀਅਰ ਹੈ ਕਿ ਜਦੋਂ ਵੀ ਸਰਕਾਰ ਕੋਈ ਕਮਿਸ਼ਨ ਬਣਾਉਂਦੀ ਹੈ ਉਹਦੀ ਮਨਸ਼ਾ ਇਹ ਹੁੰਦੀ ਹੈ ਕਿ ਮਾਮਲੇ ਨੂੰ ਲਟਕਾ ਦਿਓ ਜੀ। ਜਿਸ ਤਰ੍ਹਾਂ ਕਿ ਮੇਰੇ ਫਾਜ਼ਲ ਦੋਸਤ ਨੇ ਦੱਸਿਆ ਕਿ ਜੋਰਾ ਸਿੰਘ ਕਮਿਸ਼ਨ ਦੀ ਜ਼ਿਲ੍ਹੇ ਗਠਿਤ ਕੀਤਾ ਗਿਆ ਤਾਂ ਬੜੀ ਦੇਰ ਤੱਕ ਉਹਨਾਂ ਨੂੰ ਨਾ ਕੋਈ ਦਫ਼ਤਰ ਮਿਲਿਆ ਨਾ ਕੋਈ ਸਟਾਫ ਮਿਲਿਆ। ਉਹ ਫਾਈਨਲ ਜ਼ਿਲ੍ਹੇ ਰਿਪੋਰਟ ਤਿਆਰ ਹੋਈ ਤਾਂ ਸਰਕਾਰ ਦੇ ਕਹਿੰਦਾ ਕਿ ਇੰਟਰਸਟ ਵੀ ਸੀ, ਕੋਈ ਰਿਸੀਵ ਕਰਨ ਨੂੰ ਕੋਈ ਤਿਆਰ ਨਹੀਂ। ਹੁਣ ਨਵੀਂ ਸਰਕਾਰ ਆਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹੇ ਚੋਣਾਂ ਦੀ ਗਰਮੀ ਦੇ ਵਿੱਚ ਕਈ ਤਰ੍ਹਾਂ ਦੇ ਵਾਅਦੇ ਕਰਦੇ ਸੀ ਕਿ ਅਸੀਂ 3 ਮਹੀਨਿਆਂ ਵਿੱਚ ਡਰੱਗ ਖਤਮ ਕਰ ਦਿਆਂਗੇ, ਅਸੀਂ ਦੋਸ਼ਾਂ ਨੂੰ ਫੜ ਲਾਂਗੇ ਜੀ, ਉਹ ਸਾਰਾ ਟਾਈਮ ਬਾਊਂਡ ਕਰਤਾ ਸੀ। ਲੇਕਿਨ ਹੁਣ ਕਿਉਂਕਿ ਉਹ ਹੋ ਨਹੀਂ ਸਕਦਾ ਤਾਂ ਬੈਸਟ ਤਰੀਕਾ ਹੈ ਵੀ ਕਮਿਸ਼ਨ ਹੋਰ ਬਿਠਾ ਦਿਓ, ਕਮਿਸ਼ਨ ਦੇ ਉੱਤੇ ਕਮਿਸ਼ਨ ਉਹ 6 ਮਹੀਨੇ ਲਈ ਹੋ ਜਾਏਗਾ, 6 ਮਹੀਨੇ ਬਾਅਦ ਹੋ ਸਕਦਾ ਕਮਿਸ਼ਨ ਹੋਰ ਡਿਮਾਂਡ ਕਰ ਲੈ ਕਿ ਸਾਨੂੰ ਹੋਰ ਟਾਈਮ ਦਿਓ ਜੀ ਜੀ, ਤਾਂ ਇਹ ਗੱਲ ਇੱਦਾਂ ਲਟਕਦਾ ਰਹੇਗਾ। ਮੈਂ ਸਮਝਦਾ ਕਿ ਇਟ ਇਜ਼ ਜਸਟ ਅਪਲੋਇਡ ਟੂ ਗੇਨ ਮੋਰ ਟਾਈਮ, ਦੈਟਸ ਅਬਾਊਟ ਆਲ। ਠੀਕ ਹੈ ਠੀਕ ਹੈ, ਸੋ ਤੁਸੀਂ ਕਹਿ ਰਹੇ ਹੋ ਕਿ ਇਸ ਦਾ ਕੋਈ ਫਾਇਦਾ ਨਹੀਂ ਹੋਏਗਾ, ਸਿਰਫ ਇੱਕ ਟਾਈਮ ਖਰਾਬ ਕਰਨ ਲਈ ਜਾਂ ਟਾਈਮ ਅੱਗੇ ਲੰਘਾਉਣ ਦੇ ਲਈ ਇਸ ਨੂੰ ਐਕਸਰਸਾਈਜ਼ ਕਿਹਾ ਜਾ ਸਕਦਾ। ਸਾਡੇ ਨਾਲ ਕਾਂਗਰਸ ਦੇ ਰਾਜਕੁਮਾਰ ਵੇਰਕਾ ਜੀ ਜੁੜੇ ਨੇ। ਵੇਰਕਾ ਸਾਹਿਬ, ਤੁਸੀਂ ਸਾਰੇ ਮਹਿਮਾਨਾਂ ਦੀਆਂ ਗੱਲ ਸੁਣੀ, ਅਕਾਲੀ ਦਲ ਵੱਲੋਂ BJP ਵੱਲੋਂ ਇਹੀ ਕਿਹਾ ਜਾ ਰਿਹਾ ਕਿ ਫਾਲਸ ਪ੍ਰੋਪੇਗੈਂਡਾ ਕੀਤਾ ਗਿਆ ਸੀਗਾ ਉਹਨਾਂ ਦੀ ਸਰਕਾਰ ਦੇ ਖਿਲਾਫ਼, ਅਤੇ ਜੇ ਹੁਣ ਬਾਕੀ ਮਹਿਮਾਨਾਂ ਨੇ ਵੀ ਕਿਹਾ ਕਿ ਜੋ ਕਮਿਸ਼ਨ ਗਠਿਤ ਕੀਤਾ ਗਿਆ, ਜੇ ਜ਼ੋਰਾ ਸਿੰਘ ਕਮਿਸ਼ਨ ਦੀ ਹੀ ਰਿਪੋਰਟ 'ਤੇ ਤੁਸੀਂ ਨਸ਼ਰ ਕਰਦੇ, ਉਸ 'ਤੇ ਜੋ ਸਿਫਾਰਿਸ਼ਾਂ ਸਨ ਜਾਂ ਉਸ 'ਤੇ ਜੋ ਕੁਝ ਗਿਆ ਸੀ ਉਸ 'ਤੇ ਕਾਰਵਾਈ ਕਰਦੇ ਤਾਂ ਕਾਫ਼ੀ ਕੁਝ ਹੋ ਸਕਦਾ ਸੀਗਾ। ਦੇਖੋ, ਗੱਲ ਇਹ ਹੈ ਕਿ ਇਹ ਬਾਰ ਬਾਰ ਇਹ ਗੱਲ ਕਹਿ ਰਹੇ ਕਿ ਇਹ ਅਕਾਲੀ ਦਲ ਦੀ BJP ਦੀ ਸਰਕਾਰ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਭਾਈ, ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਬੈਠੇ ਹੋਏ ਆ, ਉਹ BJP ਦੇ ਹੈਗੇ ਆ। ਇੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਔਰ BJP ਦੀ ਕੁਲਿਸ਼ਨ ਸਰਕਾਰ ਆ, ਔਰ ਇਹਨਾਂ ਦੇ ਕੋਲ ਸਾਰੀਆਂ ਏਜੰਸੀਆਂ ਸੀਗੀਆਂ। ਇਹ ਕਿਉਂ ਨਹੀਂ ਹੁਣ ਤੱਕ ਇਹਨਾਂ ਨੇ ਜਿਹੜੇ ਵੀ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਾਤਲ ਸੀਗੇ, ਉਹਨਾਂ ਨੂੰ ਕਿਉਂ ਨਹੀਂ ਫਾਇਆ ਲਾਇਆ ਗਿਆ? ਔਰ ਦੂਸਰੀ ਗੱਲ, ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਹੁਣੇ ਹੀ ਮੇਰੇ ਸਾਥੀਆਂ ਨੇ ਸਾਹਿਬ ਜੋਰਾ ਸਿੰਘ ਹੋਰਾਂ ਨੇ ਇਹ ਗੱਲ ਕਹੀ ਕਿ ਬੜਾ ਲੰਬਾ ਸਮਾਂ ਤੱਕ ਤੇ ਵਿਚਾਰਾ ਜੋਰਾ ਸਿੰਘ ਹੋਰੀ ਤੇ ਉਹ ਲੱਭਦੇ ਰਹੇ ਜਸਟਿਸ ਸਾਹਿਬ ਕਿ ਮੇਰਾ ਦਫ਼ਤਰ ਕਿੱਥੇ ਆ, ਮੇਰਾ ਕੰਮ ਕੀ ਆ, ਮੇਰੇ ਕੋਲ ਸਟਾਫ ਕਿਹੜਾ। ਉਹ ਕਾਫੀ ਲੰਬੇ ਸਮੇਂ ਤੱਕ ਤੇ ਉਹ ਇਸ ਗੱਲ ਤੇ ਭਟਕਦੇ ਰਹੇ ਆ। ਔਰ ਮੈਂ ਇਹ ਗੱਲ ਕਹਿ ਰਿਹਾ ਕਿ ਇਹਨੂੰ CBI 'ਚ ਦੇਣ ਦਾ ਵੀ ਕੋਈ ਆਈਡੀਆ ਨਹੀਂ ਬਣਦਾ ਕੇਸ ਨੂੰ। ਮੈਂ ਤੇ ਇਹ ਗੱਲ ਕਹਿੰਦਾ ਕਿ ਪੰਜਾਬ ਦੇ ਬਹੁਤ ਕਾਬਲ ਅਫਸਰ ਹੈ ਜਿਹੜੇ CBI ਦੀ ਵੀ ਨੌਕਰੀ ਕਰਕੇ ਆ ਗਏ ਆ, ਬਹੁਤ ਸਾਰੇ ਡੈਪੂਟੀ ਸੈਂਟਰ ਤੋਂ ਵੀ ਕਰਕੇ ਆ ਗਏ ਆ। ਸੋ ਮੈਂ ਇਹ ਗੱਲ ਕਹਿ ਰਿਹਾ ਕਿ ਕਿਤੇ ਨਾ ਕਿਤੇ ਅਸੀਂ ਮਹਿਸੂਸ ਕੀਤਾ ਕਿ ਲੋਕ ਮਹਿਸੂਸ ਕਰਦੇ ਆ
कि इहदे विच कोई साजिश इस गल दी है कि कातलां नूं बचाया जा रहा है और सरकार दे लोग इहनूं बचाना चाहुंदे आ कातलां नूं, इस लई असीं निष्पक्ष जांच की गल कही है। और जितों तक इस गल की चिंता की गई है कि कमिशन तो फिर कमिशन बनेगा जी जी, फिर उन्हें टाइम बढ़ा दिता जाएगा, एक तुहानूं विश्वास ना कह के जा रहा मैं जी जी, कि जस्टिस रणजीत सिंह कमिशन अपना काम पूरे टाइम सिर पूरा करेगा ठीक है, और उन्हें टाइम बढ़ाने की कोई गल है नहीं, उन्होंने अज तो ही अपने ड्यूटी नूं संभालिया होया ठीक है सर। और असीं सारे पंजाबी हाँ, असीं सारे पंजाब दे लोग हाँ, असीं सारे गुरु ग्रंथ साहिब नूं मन्नण वाले लोग हाँ, इस लई साडे कोल बर्दाश्त नहीं हुंदा। ठीक है सर, ठीक है वीरका साहब, सो तुसी कह रहे हो कि टाइम बाउंड इंक्वायरी होवेगी। गरेवाल साहब जो तुसी कह रहे सी, गरेवाल साहब हास रहे, सानू कोई रिएक्शन देना चाह रहे? हाँ जी, मैं एको गल कहना कि जिहड़े कमिशन ते कमिशन बनाए जांदे आ, जस्टिस डिलेड जस्टिस डिनाइड, ये टाइम किल करन दी गल आ, ये सामने आउण, हुण तां ये सरकार च ने, साडे ते आरोप लगा रहे आ, ਇਹਨਾਂ ਕੋਲ ਕੋਈ ਡਾਕੂਮੈਂਟਰੀ ਪ੍ਰੂਫ ਨੇ, ਉਹ ਲੈ ਕੇ ਸਾਡੀ ਸਰਕਾਰ ਦੇ ਖਿਲਾਫ ਆਉਣ, ਸਾਡੇ ਲੀਡਰਾਂ ਦੇ ਖਿਲਾਫ ਆਉਣ, ਗੱਲ ਕਰਨ। ਇਹ ਪੰਜਾਬ ਦੇ ਅੰਦਰ ਇਹਨਾਂ ਨੇ ਸਾਨੂੰ ਯੋਜਨਾਬੱਧ ਤਰੀਕੇ ਨਾਲ ਬਦਨਾਮ ਕੀਤਾ, ਧੋਖੇ ਔਰ ਧੱਕੇ ਨਾਲ ਇਹਨਾਂ ਨੇ ਸਰਕਾਰ ਬਣਾਈ ਆ। ਗਰੇਵਾਲ ਸਾਹਿਬ, ਮੇਰਾ ਸਵਾਲ ਔਰ ਲੋਕਤੰਤਰ ਦੀ ਹੱਤਿਆ ਹੈ ਸਰ। ਗਰੇਵਾਲ ਸਾਹਿਬ, ਤੁਸੀਂ ਖੁਦ ਹੀ ਕਹਿ ਰਹੇ ਹੋ ਕਿ ਜੋ ਕਮਿਸ਼ਨ ਬਣਾਏ ਜਾਂਦੇ ਆ ਉਹ ਟਾਈਮ ਖਰਾਬ ਕਰਨ ਲਈ ਬਣਾਏ ਜਾਂਦੇ ਨੇ, ਤੇ ਫਿਰ ਜ਼ੋਰਾ ਸਿੰਘ ਕਮਿਸ਼ਨ ਟਾਈਮ ਖਰਾਬ ਕਰਨ ਲਈ ਬਣਾਇਆ ਗਿਆ ਸੀਗਾ? ਮੇਰਾ ਸਵਾਲ ਇਹੀ ਹੈ। ਨਹੀਂ ਵੀਰਕਾ ਸਾਹਿਬ ਪਲੀਜ਼। ਹਾਂ ਯੈਸ, ਇਹੀ ਸਵਾਲ ਮੇਰਾ ਹੈ, ਬਿਲਕੁਲ ਇਹ ਮੇਰਾ ਸਵਾਲ ਹੈ ਜੀ। ਅਸੀਂ ਕਮਿਸ਼ਨ ਬਣਾਇਆ, ਉਸ ਕਮਿਸ਼ਨ ਦੀ ਰਿਪੋਰਟ ਆਈ ਆ, ਉਹਨੂੰ ਇਹ ਪਬਲਿਕ ਦੇ ਸਾਹਮਣੇ ਕਿਉਂ ਨਹੀਂ ਲੈ ਕੇ ਆਉਂਦੇ? ਉਹਦੇ 'ਤੇ ਅੱਗੇ ਕਾਰਵਾਈ ਫਰਦਰ ਕਿਉਂ ਨਹੀਂ ਕਰਦੇ? ਇਹਨਾਂ ਕੋਲ ਕਾਬਲ ਅਫਸਰ, ਵੇਰਕਾ ਸਾਹਿਬ ਕਹਿੰਦੇ ਉਹਨਾਂ ਕਾਬਲ ਅਫਸਰਾਂ ਨੂੰ ਜ਼ਿੰਮੇਦਾਰੀ ਕਿਉਂ ਨਹੀਂ ਦਿੰਦੇ? ਜੇ ਅਸੀਂ ਕੋਈ ਗਲਤੀ ਕੀਤੀ ਹੈ ਤਾਂ ਉਸ ਵਿੱਚ ਡਾਕੂਮੈਂਟਰੀ ਪਰੂਫ ਉਹ ਸਾਹਮਣੇ ਲੈ ਕੇ ਆਉਣ। ਅਸੀਂ ਕੋਈ ਕੁਤਾਹੀ ਨਹੀਂ ਕੀਤੀ, ਸਾਡੀ ਸਰਕਾਰ ਨੇ ਕੋਈ ਗਲਤੀ ਨਹੀਂ ਕੀਤੀ, ਇਸ ਕਰਕੇ ਇਹ ਟਾਈਮ ਕਿਲ ਕਰ ਰਹੇ ਆ ਔਰ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਕਾਂਗਰਸ ਸਰਕਾਰ, ਤੁਸੀਂ ਦੇਖਣਾ 2-3 ਮਹੀਨੇ 'ਚ ਕਿਸ ਤਰ੍ਹਾਂ ਲੋਕਾਂ 'ਚ ਬਦਨਾਮ ਹੁੰਦੇ ਆ। ठीक है सर, ठीक है। मान साहब कुछ कहना चाह रहे हैं? देखो जी, कांग्रेस वालों किसी जस्टिस की उम्मीद सानू वैसे तो बिल्कुल भी नहीं हैगी। तो ये कांग्रेस के नुमाइंदे कमिश्नर की गल करते हैं, इन्हों का एक लंबा चौड़ा इतिहास है, दिल्ली तो लैके पंजाब तक इन्होंने हज़ारा किन्ने हर 5-5 साल बाद, 2-2 साल बाद इन्होंने 84 के जिहड़े कमीशन बना के जिस किस्म के नाल मतलब कि जस्टिस डिलीवर होने तो रोकिया, इहदे बारे सारी दुनिया नूं पता है, कोई ज़्यादा कहण दी लोड़ नहीं। दूजी गल, जिद्दां भाई साहब ने कही कि सरकार फिर वो रिपोर्ट नशर क्यों नहीं करती जी, नवीं सरकार बनन तो बाद 20 बेअदबियां हुईयां ने, अज सड़कां दे उत्ते लोक क्यों नहीं? असीं इह नहीं कहिंदे, देखो मैं इह कहना चाहुंदा है कि वी शुड स्टॉप पॉलिटिक्स ऑन द बेअदबी ऑफ गुरु ग्रंथ साहिब। जिहड़े बंदे दोषी ने तुसीं लियाओ, सामने लियाओ, फांसी ते टंगो उहनां नूं। तुहानूं इक तुहानूं गल याद होएगी, श्रोमणी अकाली दल दे प्रधान सरदार सुखबीर सिंह बादल ने भी कही सी उदों इह गल, असीं अज वी पार्टी दे तौर ते कहिंदे आ, ਇਹ ਦੁਨੀਆ ਨੂੰ ਇਹ ਨਹੀਂ ਦੱਸਦੇ ਕਿ ਪੰਜਾਬ ਸਰਕਾਰ ਨੇ ਇੱਕ ਕਾਨੂੰਨ ਲਿਆਂਦਾ ਕਿ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਦੋਸ਼ੀ ਪਾਇਆ ਗਿਆ, ਫੜਿਆ ਗਿਆ, ਉਹਦੇ 'ਤੇ 302 ਲੱਗੇਗੀ। ਇਹ ਗੱਲ ਨਹੀਂ ਇਹ ਦੱਸਦੇ, ਜਿਹੜੇ ਲੋਕ ਫੜੇ ਗਏ ਉਹ ਨਹੀਂ ਇਹ ਦੱਸਦੇ। ਜਿਹੜੀ ਵੱਡੀ ਗੱਲ ਹੈ ਕਿ ਇਹ ਕਮਿਸ਼ਨ ਬਣਾਏ ਨੇ, ਅਸੀਂ ਫਿਰ ਕਹਿੰਦੇ ਹਾਂ ਕਿ ਵੀ ਆਰ ਪੋਜ਼ਿਟਿਵ, ਠੀਕ ਹੈ, ਅਸੀਂ ਅਕਾਲੀ ਦਲ ਦੇ ਤੌਰ 'ਤੇ ਅਸੀਂ ਪੋਜ਼ਿਟਿਵ ਅਤੇ ਪ੍ਰੋਗਰੈਸਿਵ ਰਾਜਨੀਤੀ 'ਚ ਬਿਲੀਵ ਕਰਦੇ ਹਾਂ, ਜਸਟ ਫੋਰ ਦਾ ਸੇਕ ਆਫ ਕ੍ਰਿਟੀਸਿਜ਼ਮ ਜੀ ਜੀ ਠੀਕ ਹੈ, ਕ੍ਰਿਟੀਸਾਈਜ਼ ਨਹੀਂ ਕਰਦੇ, ਠੀਕ ਹੈ, ਜੇ ਕਮਿਸ਼ਨ ਬਣਿਆ ਠੀਕ ਹੈ, ਹਾਲਾਂਕਿ ਇਹਨੂੰ ਫਰਦਰ ਠੀਕ ਹੈ ਸਰ।